ਸਤਿ ਸ਼੍ਰੀ ਅਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ ਹਾਂ। ਪੰਜਾਬ ਪੁਲਿਸ ਹੁਣ ਹਾਈ ਟੈਕ ਹੋਣ ਜਾ ਰਹੀ ਹੈ। ਪੰਜਾਬ ਪੁਲਿਸ ਦੇ ਬੇੜੇ ਦੇ ਵਿੱਚ 410 ਨਵੀਆਂ ਗੱਡੀਆਂ ਸ਼ਾਮਲ ਹੋ ਗਈਆਂ ਨੇ। ਇਹਨਾਂ ਗੱਡੀਆਂ ਨੂੰ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਹਰੀ ਝੰਡੀ ਦਿਖਾਈ ਹੈ ਅਤੇ ਨਾਲ ਹੀ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੁਲਿਸ ਅਧਿਕਾਰੀਆਂ ਨੂੰ ਕਿਹਾ ਗਿਆ ਹੈ ਕਿ ਸਖਤੀ ਵਰਤੋ, ਨਸ਼ੇ ਨੂੰ ਪੰਜਾਬ ਦੇ ਵਿੱਚੋਂ ਖਤਮ ਕਰਨਾ ਹੈ। ਤੁਸੀਂ ਪੂਰਾ ਸਹੀ ਅਤੇ ਸਟਰੋਂਗ ਕੇਸ ਬਣਾ ਕੇ ਭੇਜੋ, ਅਸੀਂ ਜ਼ਮਾਨਤ ਨਹੀਂ ਹੋਣ ਦਿਆਂਗੇ, ਪਰ ਅਸੀਂ ਪੰਜਾਬ ਦੀ ਨੌਜਵਾਨੀ ਨੂੰ ਨਸ਼ੇ ਦੀ ਦਲਦਲ ਦੇ ਵਿੱਚੋਂ ਬਾਹਰ ਕੱਢਣਾ ਹੈ। ਸਮਗਲਿੰਗ ਜਿਹੜੀ ਹੈ ਨਾ, ਡਰੱਗ ਜਿਹੜੀ ਹੈ, ਬੜਾ ਵੱਡਾ ਵਿਸ਼ਾ ਹੈ, ਤੁਹਾਡੇ ਨਾਲ ਰਿਲੇਟਡ ਹੈ। ਇਹਨੂੰ ਕਿੱਥੋਂ ਕਿੱਥੋਂ ਰੋਕ ਲਓਗੇ? ਇੱਧਰੋਂ ਰੋਕੋਗੇ ਇੱਧਰੋਂ ਆਜੂ, ਇੱਧਰੋਂ ਰੋਕੋਗੇ ਇੱਧਰੋਂ ਆਜੂ। ਮੈਂ ਇਹ ਚਾਹੁੰਦਾ ਬੱਚਿਆਂ ਨੂੰ ਖੇਡਾਂ 'ਚ ਲੈ ਕੇ, ਬੱਚਿਆਂ ਨੂੰ ਰੋਜ਼ਗਾਰ ਦੇ ਕੇ, ਬੱਚਿਆਂ ਨੂੰ ਗਰਾਊਂਡਾਂ ਦੇ ਵਿੱਚ ਭੇਜ ਕੇ, ਜਿਹੜੇ ਸਮਗਲਰ ਨੇ ਨਾ, ਉਹਨਾਂ ਦੇ ਗਾਹਕ ਹੀ ਖਤਮ ਕਰ ਦਈਏ। ਉਹ ਜਿਹੜੇ ਬੰਦਿਆਂ ਨੂੰ ਭੇਜਦੇ ਨੇ, ਆਪ ਥੋੜ੍ਹੀ ਆਉਂਦੇ ਨੇ, ਉਹ ਤਾਂ ਕਿਸੇ ਬੰਦੇ ਨੂੰ ਭੇਜਦੇ ਨੇ ਵੇਚਣ। ਜਦੋਂ ਉਹ ਨਾ ਵੇਚੇ, ਉਹ ਪੁੱਛੇ ਉਹਨੂੰ ਵੀ ਤੂੰ ਵੇਚਦਾ ਕਿਉਂ ਨਹੀਂ, ਉਹ ਕਵੇ ਮੈਂ ਕੀ ਕਰਾਂ ਜੀ, ਕੋਈ ਖਰੀਦਣ ਵਾਲੀ ਹੈ ਨਹੀਂ ਅੱਗੇ। ਸੋ ਆਪਾਂ ਗਾਹਕ ਖਤਮ ਕਰ ਦਈਏ, ਬੱਚਿਆਂ ਨੂੰ ਕੰਮ 'ਤੇ ਲਾ ਦਈਏ, ਸਰੀਰ ਨਾਲ ਪਿਆਰ ਹੋਵੇ ਉਹਨਾਂ ਨੂੰ, ਕੁਸ਼ਤੀਆਂ ਕਬੱਡੀਆਂ ਮੇਲੇ ਸ਼ੁਰੂ ਕਰੀਏ ਦੁਬਾਰੇ। ਸੋ ਇਹ ਸਾਡਾ ਜਿਹੜਾ ਮਿਸ਼ਨ ਹੈ। ਇੱਕ ਹੋਰ ਮੈਂ ਤੁਹਾਨੂੰ ਰਿਕੁਐਸਟ ਕਰਦਾ, ਮੈਨੂੰ ਪਤਾ ਹੈ ਨਾ, ਕਿਉਂਕਿ ਮੈਂ ਧਰਤ ਥੱਲੋਂ ਆਇਆ। ਕਈ ਵਾਰੀ ਕੀ ਹੁੰਦਾ ਨਾ, ਉਹ ਵੀ ਸਹੀ ਨੇ, ਤੁਸੀਂ ਵੀ ਸਹੀ। ਉਹ ਕਹਿੰਦੇ ਨਸ਼ੇ ਆ ਵੇਚਣ ਵਾਲਾ, ਅਸੀਂ ਫੜਿਆ ਪਿੰਡ 'ਚ, ਅਸੀਂ ਥਾਣੇ ਛੱਡ ਕੇ ਆਏ, ਫੜਾ ਕੇ ਆਏ। ਕਹਿੰਦੇ ਅਸੀਂ ਤਾਂ ਬੱਸ ਬੁਸ 'ਤੇ ਬਾਅਦ 'ਚ ਆਏ ਹਾਂ, ਉਹ ਪਿੰਡ ਪਹਿਲਾਂ ਫਿਰਦਾ ਸੀ ਸਾਡੇ ਨਾਲੋਂ। ਕਾਰਨ ਜਾਂ ਤਾਂ ਫਿਰ ਉਦੋਂ ਫੋਨ ਆ ਗਿਆ ਹੋਣਾ ਕੋਈ ਕਿਸੇ ਦਾ ਵੀ ਆਪਣਾ ਹੀ ਬੰਦਾ ਛੱਡ ਦਿਓ। ਪਰ 2 ਸਾਲ ਪਹਿਲਾਂ ਇਹ ਹੁੰਦਾ ਸੀ, ਜਾਂ ਫਿਰ ਕੋਈ ਜ਼ਮਾਨਤ ਪੈ ਹੈ ਜੀ, ਇਹ ਹੈ ਉਹ ਜਿਹੜਾ ਐਕਟ ਹੈ ਉਹਦੇ ਵਿੱਚ ਇਹ ਹੈ ਵੀ ਮੌਕੇ 'ਤੇ ਜ਼ਮਾਨਤ ਹੋ ਸਕਦੀ ਹੈ। ਪਰ ਲੋਕ ਵੀ ਸਹੀ ਨੇ। ਸੋ ਅਸੀਂ ਹੁਣ ਇੱਕ ਤਾਂ ਉਹ ਕੰਮ ਬੰਦ ਕੀਤਾ ਹੋਇਆ ਕਿ ਤੁਹਾਨੂੰ ਕੋਈ ਲੀਡਰ ਸਾਡੀ ਪਾਰਟੀ ਦਾ, ਕੋਈ ਨੇਤਾ ਜਾਂ ਕੋਈ MLA ਜਾਂ ਮੰਤਰੀ ਕੋਈ ਗਲਤ ਕੰਮ ਵਾਸਤੇ ਫੋਨ ਨਹੀਂ ਕਰੂਗਾ। ਤੁਹਾਡੇ ਤੋਂ ਕੋਈ ਗਲਤ ਕੰਮ ਅਸੀਂ ਕਰਾਉਣਾ ਨਹੀਂ, ਸਹੀ ਛੱਡਣਾ ਨਹੀਂ, ਗਲਤ ਕਹਿਣਾ ਨਹੀਂ। ਇਹ ਗੱਲ ਤਾਂ ਤੁਸੀਂ ਬਿਲਕੁਲ ਨਿਰਪੱਖ ਰਹੇ ਹੋ ਇਸ ਵਕਤ। ਪਹਿਲਾਂ ਤਾਂ ਤੁਹਾਡੇ, ਤੁਹਾਨੂੰ ਤਾਂ ਪਤਾ ਹੀ ਨਹੀਂ ਹੁੰਦਾ ਸੀ ਕਿਤੋਂ ਕੀ ਕਰਾਈ ਜਾਂਦੇ ਨੇ, ਆਹ ਕਰ ਦਿਓ ਬਾਅਦ ਸਸਪੈਂਡ ਹੋਣ ਨੂੰ, ਤੁਸੀਂ ਕੋਰਟਾਂ 'ਚ ਜਾਣ ਨੂੰ ਤੁਸੀਂ। ਹਾਂ, ਕਈ ਵਾਰੀ ਮੈਂ ਦੇਖਿਆ ਵੀ ਹੈ, ਕਈ ਹੈਗੇ ਵੀ ਸੀ ਵਿੱਚ ਜਿਹੜੇ ਰਲੇ ਹੋਏ ਸੀ ਉਹਨਾਂ ਨਾਲ, ਮਤਲਬ ਫੋਨ ਕਰਕੇ ਦੱਸਤਾ ਕਿਸੇ ਨੇ ਵੀ ਆਹ ਫਲਾਨੇ ਪੇਪਰ ਥੱਲੇ ਇਸ ਵਕਤ ਸਾਡੇ ਪਿੰਡ ਦੇ 5 ਮੁੰਡੇ ਨੇ, ਨਾਲ ਦੇ ਪਿੰਡ ਦੇ 8 ਮੁੰਡੇ ਨੇ, ਅਤੇ 2 ਆਏ ਹੋਏ ਨੇ ਕਾਰ ਲੈ ਕੇ, ਡਰੱਗ ਵੇਚ ਰਹੇ ਨੇ, ਅਤੇ ਉਹ ਡਰੱਗ ਉੱਥੇ ਹੀ ਲੈ ਰਹੇ ਨੇ। ਪੁਲਿਸ ਨੂੰ ਦੱਸਤਾ, ਹੁਣ ਜਿਹੜਾ ਮੂਹਰੇ SHO ਹੈ ਉਹਦੇ ਨਾਲ, ਉਹਨੂੰ ਤਾਂ ਪੁੱਛ ਕੇ ਗਏ ਨੇ ਉਹ ਵੀ ਇਸ ਪਿੰਡ ਚੱਲੇ ਹਾਂ ਜੀ, ਫਿਰ ਉਹ ਕਿਵੇਂ ਫੜੂਗਾ, ਜਾਂ ਉਹਨੂੰ ਕਿਹਾ ਹੋਇਆ ਵੀ ਤੂੰ ਫੜਨੇ ਨਹੀਂ, ਪਰ ਜਾਣਾ ਪੈਣਾ ਲੈ ਕੇ ਜਿਪਸੀ ਜਿੱਥੇ ਪਿੱਪਲ ਤੋਂ ਜਿੱਥੇ ਉਹ ਨਸ਼ਾ ਕਰੀ ਜਾਂਦੇ, ਉਹਤੋਂ 100 ਕੁ ਮੀਟਰ 200 ਮੀਟਰ ਪਹਿਲਾਂ ਹੂਟਰ ਮਾਰਨ ਲੱਗ ਗਏ। ਹੂਟਰ ਮਾਰਨਾ ਮਤਲਬ ਕੀ ਹੋ ਗਿਆ ਫਿਰ, ਇਹ ਤੁਸੀਂ ਛਾਪਾ ਮਾਰਨ ਗਏ ਫਿਰ, ਤੁਸੀਂ ਇਹ ਤੁਸੀਂ ਦੱਸ ਰਹੇ ਹੋ ਉਹਨੂੰ ਆ ਰਹੇ ਹਾਂ ਅਸੀਂ, ਇਹਨਾਂ ਨੂੰ ਭੱਜ ਗਏ ਉਹ, ਹੂਟਰ ਮਾਰਨ ਦੀ ਕੀ ਲੋੜ ਸੀ ਵੀ।
ਹੁਣ ਜੇ ਆਪਾਂ ਕਿਸੇ ਨੂੰ ਇਹ ਕਹਿ ਦਈਏ ਵੀ ਤੇਰੇ 'ਤੇ ਕੱਲ੍ਹ ਨੂੰ ਛਾਪਾ ਵੱਜੂ ਤੇਰੇ ਘਰ 'ਤੇ, ਉਹ ਕੋਈ ਮਾੜੀ ਚੀਜ਼ ਕਰਦੇ ਘਰੇ ਰੱਖਣ ਦੇਊਗਾ? ਛਾਪਾ ਤਾਂ ਅਚਾਨਕ ਹੁੰਦਾ, ਪਹਿਲਾਂ ਹੀ ਹੂਟਰ ਕੱਢ ਛੱਡਤਾ ਭਾਈ, ਮੈਂ ਵੀ ਆਪਦੀ ਡਿਊਟੀ ਨੂੰ ਆਦੀ, ਤੁਸੀਂ ਵੀ ਡਿਊਟੀ ਨੂੰ ਬਹੁਜੋ ਭਾਜੋ, ਇਹ 'ਚ ਐਂ ਨਾ ਕਰੋ। ਆਪਣੇ ਧੀਆਂ ਪੁੱਤ ਨੇ ਉਹ ਜਿਹੜੇ ਮਰ ਰਹੇ ਨੇ ਨਸ਼ੇ ਨਾਲ, ਪੁਲਿਸ ਦਾ ਵੀ ਅਸੀਂ ਡੋਪ ਕਰਾਇਆ ਸੀਗਾ ਕਾਫੀ, ਪੁਲਿਸ ਵਾਲੇ ਵੀ ਪੀੜਿਤ ਨੇ। ਮੈਂ ਨਹੀਂ ਕਹਿੰਦਾ ਤੁਸੀਂ ਕੋਈ ਜਾਣ ਬੁੱਝ ਕੇ ਹੋ ਗਏ, ਪਰ ਇਹ ਅਲਾਮਤ ਆਪਾਂ ਨੇ ਖਤਮ ਕਰਨੀ, ਇਹ ਤੁਹਾਡੀ ਜ਼ਿੰਮੇਵਾਰੀ ਸਭ ਤੋਂ ਪਹਿਲਾਂ ਬਣਦੀ, ਕਿਉਂਕਿ ਤੁਹਾਨੂੰ ਅਸੀਂ ਇਹ ਵੀ ਕਿਹਾ ਹੋਇਆ ਕਿ ਇਹ ਵੀ ਥੱਲੋਂ ਸ਼ੁਰੂ ਕਰੋ। ਪਿੰਡ ਵਾਲਿਆਂ ਨੂੰ ਸਾਰਾ ਪਤਾ ਹੁੰਦਾ ਕੌਣ ਆਉਂਦਾ, ਫਿਰ ਜਦੋਂ ਉਹਨੂੰ ਫੜ ਲਓਗੇ ਉਹਨੂੰ ਉਹ ਦੱਸੂਗਾ ਤੁਹਾਨੂੰ, ਮੈਂ ਤਾਂ ਜੀ ਪੰਜ ਪਿੰਡਾਂ ਦਾ ਇੰਚਾਰਜ ਹਾਂ, ਮੈਨੂੰ ਤਾਂ ਆਹ ਦਿੰਦਾ, ਉੱਥੇ ਤੱਕ ਜਾਓਗੇ, ਫਿਰ ਗਾਹਾਂ ਵਾਲਾ ਮਿਲੂਗਾ, ਫਿਰ ਜ਼ਿਲ੍ਹੇ ਵਾਲਾ ਮਿਲੂਗਾ, ਇੱਦਾਂ ਜਿੱਥੇ ਤੱਕ ਜਾ ਸਕਦੇ ਹਾਂ ਜਾਓ, ਅਤੇ ਫਿਰ ਇਹ ਜਿਹੜੀ ਲੜੀ ਟੁੱਟ ਸਕਦੀ ਹੈ। ਉਹ ਮੈਨੂੰ ਉਮੀਦ ਹੈ, ਮੈਂ ਹਰ ਥਾਂ 'ਤੇ ਮਾਣ ਨਾਲ ਕਹਿੰਦਾ, ਟੀ ਵੀ 'ਤੇ ਵੀ ਕਿਤੇ ਮੇਰੀ ਇੰਟਰਵਿਊ ਹੋਵੇ, ਕਿ ਅਸੀਂ ਬੜੀ ਜਲਦੀ ਅਸੀਂ ਪੰਜਾਬ ਨੂੰ ਡਰੱਗ ਫਰੀ ਜ਼ੋਨ ਡਿਕਲੇਅਰ ਕਰ ਦਾਂਗੇ। ਪਿੰਡਾਂ 'ਚ ਕਮੇਟੀਆਂ ਬਣਾਈਆਂ ਨੇ, ਪਿੰਡਾਂ ਦੇ ਲੋਕ ਵੀ ਸਾਥ ਦੇ ਰਹੇ ਨੇ, ਪਰ ਤੁਸੀਂ ਇੰਨਾ ਕੁ ਸਾਥ ਦੇ ਦਿਓ ਲੋਕਾਂ ਦਾ ਕਿ ਜੋ ਤੁਹਾਡੇ ਕੋਲ ਆਵੇ ਸ਼ਿਕਾਇਤ ਉਹ 'ਤੇ ਕਾਰਵਾਈ ਤੁਰੰਤ ਹੋਵੇ, ਅਤੇ ਨਾਲ ਪਰਚਾ ਪਾ ਕੇ ਅੰਦਰ ਕਰੋ। ਹਾਂ, ਜਿਹੜੇ ਅਡਿਕਟਡ ਨੇ, ਜਿਹੜੇ ਖਾਂਦੇ ਨੇ, ਪਿੰਡ 'ਚ ਉਹਨਾਂ ਨੂੰ ਵੀ ਪਤਾ ਹੁੰਦਾ, ਸਾਰੇ ਪਿੰਡ ਨੂੰ ਪਤਾ ਹੁੰਦਾ, ਕਿੰਨਾ ਕਿੰਨਾ ਦੇ ਮੁੰਡੇ, ਉਹਨਾਂ ਨਾਲ ਸਿੰਪਥੀ ਹੁੰਦੀ ਹੈ ਲੋਕਾਂ ਦੀ ਕਿ ਯਾਰ ਇਹਨਾਂ ਦਾ ਘਰ ਬਰਬਾਦ ਕਰਤਾ ਹੈ ਇਹਨਾਂ ਨੇ, ਉਹਨੂੰ ਆਪਾਂ ਇੱਕ ਮਰੀਜ਼ ਦੇ ਤੌਰ 'ਤੇ ਟ੍ਰੀਟ ਕਰਨਾ, ਉਹਨੂੰ ਤਸਕਰ ਨਹੀਂ ਸਮਝ ਸਕਦੇ ਆਪਾਂ, ਉਹ ਤਾਂ ਇੱਕ ਮਰੀਜ਼ ਹੈ, ਪੇਸ਼ੈਂਟ ਹੈ, ਉਹ ਤਾਂ ਉਹਨੂੰ ਤਾਂ ਹਸਪਤਾਲ ਲੈ ਕੇ ਜਾਵਾਂਗੇ, ਰੀਹੈਬ ਸੈਂਟਰ ਬਣਾ ਰਹੇ ਹਾਂ। ਸੋ ਅੱਜ ਮੌਕਾ ਮੈਨੂੰ ਇਹ ਲੱਗਿਆ ਕਿ ਡਰੱਗ ਬਾਰੇ ਤੁਹਾਨੂੰ ਦੱਸਣ ਦਾ ਬਹੁਤ ਵਧੀਆ ਹੈ, ਕਿਉਂਕਿ ਪੰਜਾਬ ਦੇ ਸਭ ਤੋਂ ਵੱਧ SHO ਅੱਜ ਪਹਿਲੀ ਵਾਰ ਇਕੱਠੇ ਹੋਏ ਨੇ, ਅਤੇ ਤੁਹਾਡੇ ਕੋਲ ਸ਼ਿਕਾਇਤਾਂ ਸਭ ਤੋਂ ਪਹਿਲਾਂ ਆਉਂਦੀਆਂ ਨੇ, ਅਗਲੇ ਐਕਸ਼ਨ ਤਾਂ ਹਾਂ ਅਸੀਂ ਆਪ ਹੀ ਲਈ ਜਾਵਾਂਗੇ, ਤੁਸੀਂ ਇੱਕ ਵਾਰੀ ਇਹੋ ਜਿਹਾ ਕੇਸ ਬਣਾ ਕੇ ਭੇਜ ਦਿਓ, ਅਸੀਂ ਆਪ ਹੀ ਅੱਗੇ ਉਹਨਾਂ ਤੋਂ, ਚਾਹੇ ਹਾਈ ਕੋਰਟ ਤੱਕ ਸੁਪਰੀਮ ਕੋਰਟ ਤੱਕ ਜਾਵੇ, ਅਸੀਂ ਜ਼ਮਾਨਤਾਂ ਨਹੀਂ ਹੋਣ ਦੇਵਾਂਗੇ ਉਹਨਾਂ ਦੀਆਂ, ਜਿਨ੍ਹਾਂ ਨੇ ਲੋਕਾਂ ਦੇ ਘਰਾਂ 'ਚ ਚਿੱਟੇ ਰੰਗ ਦੇ ਸੱਥਰ ਵਿਛਾਏ ਨੇ, ਜਿਨ੍ਹਾਂ ਨੇ ਸਾਡੀਆਂ ਧੀਆਂ ਭੈਣਾਂ ਦੀਆਂ ਰੰਗਲੀਆਂ ਚੁੰਨੀਆਂ ਨੂੰ ਚਿੱਟਿਆਂ ਕੀਤਾ। ਸੋ ਇਹਨੂੰ ਮਿਸ਼ਨ ਮੰਨ ਕੇ ਚੱਲਿਓ, ਕਿ ਤੁਹਾਡਾ ਪੁੰਨ ਲੱਗੂਗਾ ਤੁਹਾਨੂੰ, ਕਿ ਹਿਸਟਰੀ 'ਚ ਤੁਹਾਡਾ ਨਾਂ ਲਿਖਿਆ ਜਾਊ, ਜਦੋਂ ਪੰਜਾਬ ਡਰੱਗ ਫਰੀ ਬਣਿਆ ਸੀ ਉਦੋਂ ਕੌਣ ਕੌਣ ਉੱਥੇ ਅਫਸਰ ਕੰਮ ਕਰਦੇ ਸੀ, ਤੁਹਾਡਾ ਨਾਂ ਸੁਨਹਿਰੀ ਅੱਖਰਾਂ 'ਚ ਆਇਆ ਕਰੂਗਾ ਕਿ ਤੁਸੀਂ ਵੀ ਇਸ ਥਾਣੇ ਦੇ ਇੰਚਾਰਜ ਸੀ। ਦੱਸ ਦਈਏ ਕਿ ਅੱਜ ਕੱਲ੍ਹ ਪੰਜਾਬ ਪੁਲਿਸ ਵੀ ਕਾਫੀ ਐਕਟਿਵ ਨਜ਼ਰ ਆ ਰਹੀ ਹੈ, ਪੰਜਾਬ ਪੁਲਿਸ ਵੱਲੋਂ ਅੰਤਰਰਾਜੀ ਨਾਕੇ ਲਾਏ ਜਾਂਦੇ ਨੇ, ਕਈ ਤਰ੍ਹਾਂ ਦੀਆਂ ਮੁਹਿੰਮਾਂ ਚਲਾਈਆਂ ਜਾਂਦੀਆਂ ਨੇ ਤਾਂ ਜੋ ਮਾੜੇ ਅੰਸਰਾਂ ਨੂੰ ਠੱਲ ਪਾਈ ਜਾ ਸਕੇ, ਅਤੇ ਇਸ ਦੇ ਚੱਲਦਿਆਂ ਹੁਣ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਪੁਲਿਸ ਨੂੰ ਹੋਰ ਵੀ ਹਾਈਟੈਕ ਕਰ ਦਿੱਤਾ, ਨਵੀਆਂ ਗੱਡੀਆਂ ਮਿਲ ਗਈਆਂ ਨੇ ਪੰਜਾਬ ਪੁਲਿਸ ਨੂੰ ਜਿਹੜੀਆਂ ਪੂਰੇ ਤਰੀਕੇ ਦੇ ਨਾਲ ਆਪਣਾ ਕੰਮ ਕਰਨਗੀਆਂ, ਅਤੇ ਪੰਜਾਬ ਪੁਲਿਸ ਨੂੰ ਇਹਦੇ ਨਾਲ ਕਾਫੀ ਸਹਾਇਤਾ ਹੋਵੇਗੀ। ਨਿਡਰ ਹਾਂ, ਨਿਰਪੱਖ ਰਹਾਂਗੇ, ਆਜ਼ਾਦ ਹਾਂ, ਸੱਚ ਕਹਾਂਗੇ, ਗੱਲ ਕਰਾਂਗੇ ਸਿਆਸੀ ਹਵਾ ਦੀ, ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ, ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ, ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ, ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ, ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ, ਉਭਰਾਂਗੇ ਪੰਜਾਬ ਦੀ ਆਵਾਜ਼ ਬਣ, ਹੋਣਗੇ ਹਰ ਪਹਿਲੂ ਤੇ ਰੋਸ ਚਰਚੇ, ਖੁੱਲਾਂਗੇ ਅੰਦਰੂਨੀ ਰਾਜ, ਬਣਾਂਗੇ ਬੁਲੰਦ ਆਵਾਜ਼, ਖੇਡ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ, ਹਰ ਪਿੰਡ ਹਰ ਸ਼ਹਿਰ ਜਾਵਾਂਗੇ, ਮਨੋਰੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ, ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਝਾਲ, ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ, ਕੀ ਕਰਦੀ ਹੈ ਸਾਡੀ ਸਰਕਾਰ, ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ, D5 ਚੈਨਲ ਪੰਜਾਬੀ ਦੀ ਕਚਹਿਰੀ 'ਚ ਹੋਵੇਗੀ ਸਿਰਫ ਲੋਕਾਂ ਦੀ ਗੱਲ, ਧਰਮ ਧਰੋਹਰ ਸਿਹਤ ਔਰ ਸੰਸਕ੍ਰਿਤੀ ਕੀ ਹੋਗੀ ਬਾਤ, ਅਬ D5 ਚੈਨਲ ਹਿੰਦੀ ਵੀ ਹੋਗਾ ਸਰ, D5 ਚੈਨਲ ਪੰਜਾਬੀ, ਆਪਣੀ ਧਰਤੀ ਆਪਣੇ ਲੋਕ।
ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਕੁਲਰਾਜ ਚੰਦਾਵਾ ਅਤੇ ਤੁਸੀਂ ਵੇਖ ਰਹੇ ਹੋ D5 ਚੈਨਲ ਪੰਜਾਬੀ, ਜਿਹੜਾ ਲਾਂਚ ਹੋ ਚੁੱਕਿਆ ਹੈ ਹੁਣ ਕੈਨੇਡਾ ਵਿੱਚ।